ਜਲੰਧਰ ਪਠਾਨਕੋਟ ਰੇਲ ਮਾਰਗ ਤੇ ਭੋਗਪੁਰ ਨੇੜੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਜਲੰਧਰ ਤੋਂ ਪਠਾਨਕੋਟ ਨੂੰ ਜਾ ਰਹੇ DMU ਦੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਡਰਾਈਵਰ ਨੇ ਸੂਝਬੂਝ ਦਿਖਾਉਂਦੇ ਹੋਏ DMU ਨੂੰ ਭੋਗਪੁਰ ਸਟੇਸ਼ਨ ਰੋਕ ਕੇ ਇੰਜਣ ਨੂੰ ਬਾਕੀ ਡੱਬਿਆਂ ਤੋਂ ਅਲੱਗ ਕਰ ਦਿੱਤਾ। ਇਸ ਸੰਬੰਧੀ DMU ਦੇ ਡਰਾਈਵਰ ਨੇ ਦੱਸਿਆ ਕਿ DMU ਜੱਲੋਵਾਲ ਕਲੋਨੀ ਨੇੜੇ ਪਹੁੰਚਿਆ ਤਾਂ ਅਚਾਨਕ ਇੰਜਣ ਦੇ ਪਿਛਲੇ ਪਾਸਿਓਂ ਧੂੰਆਂ ਨਿਕਲਣ ਲੱਗ ਪਿਆ, ਜਿਸ ਤੋਂ ਬਾਅਦ ਉਸਨੇ ਭੋਗਪੁਰ ਸਟੇਸ਼ਨ ਤੇ ਜਾ ਕੇ ਇੰਜਣ ਨੂੰ ਡੱਬਿਆਂ ਤੋਂ ਅਲੱਗ ਕੀਤਾ। ਹਾਦਸੇ ਵਿੱਚ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਉਧਰ ਯਾਤਰੀਆਂ ਨੇ ਡਰਾਈਵਰ ਦੀ ਇਸ ਸੂਝਬੂਝ ਦੀ ਸ਼ਲਾਘਾ ਕੀਤੀ ਹੈ। ਧੂੰਆਂ ਨਿਕਲਣ ਲਗਾ ਤੋ ਗਾੜੀ ਖੜਾ ਕਰਕੇ ਇਸ ਪੇ ਫਾਇਰ ਐਕਸਟਿੰਗੁਇਸ਼ਰ ਚਲਾਨੇ ਕਾ ਪਰ ਇਹ ਧੂੰਆਂ ਬੜਤਾ ਹੀ ਗਿਆ। ਕਾਲਾ ਬਗੜਾ ਬਲੌਕ ਸੈਕਸ਼ਨ ਸੇ ਕਾਲਾ ਬਗੜਾ ਚਲੇ ਨਾ ਉਸਕੇ ਆਗੇ ਬੀਚ ਮੇ ਲੂਪ ਲਾਈਨ ਕਲੀਅਰ ਹੋਤਾ ਤੇ ਜਨਰਲੀ ਸਾ ਹਮ ਲੋਗ ਅਗਰ ਟਾਈਮ ਹੋਤਾ ਤੋ ਬਾਹਰ ਨਿਕਲ ਕੇ ਦੇਖਤੇ ਹੈ ਪੈਸੇਂਜਰ ਹਮਾਰੀ ਚੜੀ ਉੜੀ ਮਤਲਬ ਕੋਈ ਇਨਸੀਡੈਂਟ ਐਸਾ ਵੀ ਤੋ ਦੇਖੇ ਕਿ ਇਸਮੇ ਸੇ ਧੂੰਆਂ ਹਲਕਾ ਸਾ ਆ ਰਹਾ ਤੋ ਗਾੜੀ ਖੜੀ ਕਰ ਦੀਏ ਔਰ ਕਿਉਂਕਿ ਧੂੰਆਂ ਕੇ ਬਾਅਦ ਆਗ ਹੀ ਲਗਨਾ ਹੋਤਾ ਹੈ ਉਸਕੇ ਬਾਅਦ ਉਸਕੋ ਬੁਝਾਨੇ ਕਾ ਪੂਰਾ ਪ੍ਰਯਤਨ ਕੀਏ ਪਰ ਵਹਾਂ ਰੁਕਾ ਨਹੀਂ ਵਹਾਂ 20-25 ਮਿੰਟ ਖੜਾ ਹੋ ਕੇ ਉਸਕੋ ਕੰਟਰੋਲ ਕੀਆ ਪਰ ਆਦੇਸ਼ ਮਿਲਾ ਉੱਪਰ ਸੇ ਜੈਸਾ ਕਿ ਆਪਣਾ ਬਲੌਕ ਸੈਕਸ਼ਨ ਕਿਸੀ ਤਰ੍ਹਾਂ ਕਲੀਅਰ ਕੀਜੀਏ ਸੇਫਲੀ ਫਿਰ ਇਹਨੇ ਬੰਦ ਕਰਕੇ ਨਾ ਗੱਡੀ ਨੂੰ ਸੇਫਲੀ ਫਿਰ ਬੰਦ ਕਰਕੇ ਤੇ ਇਹਨੂੰ ਕਲੀਅਰ ਕਰਕੇ ਵੀ ਇੱਥੇ ਬਝਾਨ ਬਝੂਨ ਦਾ ਸਾਰਾ ਸਟੇਸ਼ਨ ਤੱਕ ਲੈ ਆਏ ਯਾਤਰੀ ਨੂੰ ਕੁਛ ਕੋ ਕੁਛ ਨਹੀਂ ਨਾ ਟ੍ਰੇਨ ਕੋ ਵੀ ਕੋਈ ਨੁਕਸਾਨ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੈ ਬਸ ਇਹ ਆਗ ਦਾ ਫਾਈਂਡ ਆਊਟ ਹੈ ਵੀ ਇਹ ਬਾਹਰੋਂ ਲੱਗੀ ਹੈ ਨਾੜ ਨਾਲ ਲੱਗੀ ਹੈ ਕਿਤੇ ਆਪਣੇ ਦੀ ਜਲੰਧਰ ਸਿਟੀ ਤੋਂ ਚਲੀ ਹੈ ਟ੍ਰੇਨ ਪਠਾਨਕੋਟ ਜਾ ਰਹੀ ਹੈ ਕਾਲੇ ਵੱਖਰੇ ਦੇ ਕੋਲੋਂ ਡਰਾਈਵਰ ਨੇ ਦੇਖਿਆ ਜਾਣ ਕੇ ਸਟੇਸ਼ਨ ਦੇ ਜਿਲੇ ਗੱਡੀ ਆਊਟ ਹੋਈ ਹੈ ਤੇ ਉਹਨੇ ਥੋੜ੍ਹੀ ਦੇਰ ਦੂਰੀ 'ਤੇ ਜਾ ਕੇ ਉਸਨੇ ਬ੍ਰੇਕ ਲਗਾਈ ਹੈ ਉੱਥੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਅੱਗ ਉੱਥੇ ਥੋੜ੍ਹੀ ਜਿਹੀ ਕੰਟਰੋਲ 'ਚ ਹੋਈ ਹੈ ਅਤੇ ਡਰਾਈਵਰ ਨੇ ਫਿਰ ਥੋੜ੍ਹਾ ਆਪਣੀ ਜ਼ਿੰਮੇਵਾਰੀ ਦੇ ਭੋਗਪੁਰ ਸਟੇਸ਼ਨ ਦੇ ਟ੍ਰੇਨ ਨੂੰ ਲੈ ਕੇ ਆ ਗਿਆ। ਹਾਂ ਇੱਥੇ ਨਹੀਂ ਵੈਸੇ ਮੈਸੇਜ ਵਗੈਰਾ ਨੇ ਕੰਟਰੋਲ ਵਗੈਰਾ ਨੇ ਕਹਿੰਦੇ ਨਾ ਅਸੀਂ ਦਿੱਤੇ ਨਾ ਲੇਕਿਨ ਕੰਟਰੋਲ ਦੀ ਤਰਫੋਂ ਕੋਈ ਵੀ ਹੈਲਪ ਦੀ ਡਾਊਟ ਕੋਈ ਫਾਇਰ ਗੇਟ ਜਾਂ ਕੋਈ ਵੀ ਕਿਸ ਤਰ੍ਹਾਂ ਦੀ ਮਦਦ ਨਹੀਂ ਮਿਲੀ ਜਾਣਾ ਅਜੇ ਕੋਈ ਨੁਕਸਾਨ ਨਹੀਂ ਹੋਇਆ।